ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਤੇ ਦੂਸਰੇ ਪਾਸੇ ਤੁਸੀਂ ਹੁਣ ਨਜ਼ਰ ਮਾਰ ਲਵੋ ਕਿ ਬਾਹਰ ਜਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਇੱਕ ਹੋਟਲ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤੇ ਅੰਦਰੋਂ ਇਹ ਜੋੜਾ ਨਿਕਲਦਾ ਪਿਆ ਹੈ, ਜਿਸ ਤੋਂ ਬਾਅਦ ਜੋੜੇ ਦੇ ਨਾਲ ਨਾਲ ਹੋਟਲ ਦੇ ਮੈਨੇਜਰ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ। ਪਰ ਇੱਥੇ ਚੀਜ਼ ਇੱਕ ਹੋਰ ਦੇਖਣ ਨੂੰ ਮਿਲਦੀ ਪਈ ਹੈ। ਕਾਬਿਲੇ ਗੌਰ ਹੈ ਕਿ ਦੂਜੇ ਪਾਸੇ ਹੋਟਲ ਦੇ ਮਾਲਕ ਵੱਲੋਂ ਪੁਲਿਸ ਤੇ ਹੀ ਇਲਜ਼ਾਮ ਲਗਾ ਦਿੱਤੇ ਗਏ ਨੇ। ਉਹਨਾਂ ਨੇ ਕਿਹਾ ਹੈ ਕਿ ਪੁਲਿਸ ਲਗਾਤਾਰ ਇੱਥੇ ਸਾਨੂੰ ਤੰਗ ਪਰੇਸ਼ਾਨ ਕਰਦੀ ਪਈ ਹੈ, ਕਮਰਾ ਵੀ ਮੰਗਦੀ ਹੈ ਤੇ ਨਾਲ ਫ੍ਰੀ ਦਾ ਚਿਕਨ ਵੀ ਭਾਲਦੇ ਹੈ। ਇਸ ਤੋਂ ਬਾਅਦ ਦੋਹਾਂ ਧਿਰਾਂ ਦੇ ਇਲਜ਼ਾਮ ਸੁਣ ਕੇ ਤੁਸੀਂ ਆਪ ਹੀ ਜਵਾਬ ਦੇ ਦਿਓ ਕਿ ਤੁਹਾਨੂੰ ਮਾਮਲਾ ਕੀ ਲੱਗਦਾ ਪਿਆ ਹੈ। ਅੰਮ੍ਰਿਤਸਰ ਦੇ ਬਟਾਲਾ ਰੋਡ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ। ਇਸ ਤੋਂ ਬਾਅਦ ਭਾਵੇਂ ਕਿ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇੱਕ ਪਾਸੇ ਹੋਟਲ ਦੇ ਅੰਦਰੋਂ ਇੱਕ ਜੋੜਾ ਅਤੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੂਸਰੇ ਪਾਸੇ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਇਸ ਹੋਟਲ ਦੇ ਵਿੱਚ ਦੇ ਵਪਾਰ ਦਾ ਧੰਦਾ ਹੁੰਦਾ ਹੈ। ਮੰਗਾਰਾ ਨਹੀਂ ਭਰ ਸਕੇ, ਉਹਨਾਂ ਨੇ ਸਾਡੇ ਨਾਲ ਖਾਰਬਾਜ਼ੀ ਕੱਢੀ ਹੈ। ਅਸੀਂ ਤੇ ਆਪ ਇੱਥੇ ਕਿਰਾਏਦਾਰ ਹੈਗੇ ਆ, ਅਸੀਂ ਇੱਥੇ ਕੀ ਕਰ ਲੈਣਾ? ਅਸੀਂ ਵਿੱਚ ਕੋਈ ਇਨਵੋਲਵਮੈਂਟ ਨਹੀਂ, ਕੋਈ ਕੁਛ ਨਹੀਂ। ਜੋ ਵੀ ਹੋਇਆ ਇਹਨਾਂ ਦਾ ਆਪਣੀ ਪਲੈਨਿੰਗਾਂ ਦੇ ਅਨੁਸਾਰ ਜੋ ਵੀ ਹੋਇਆ ਮੁੰਡਾ ਆਇਆ ਅੰਦਰ, ਉਹਨੇ ਕੋਈ ਆਈ ਡੀ ਦਿੱਤੀ ਇਹਨਾਂ ਨੂੰ ਤੇ ਤਰਨ ਤਾਰਨ ਦਾ ਬੰਦਾ ਸੀ ਨਸ਼ੇੜੀ ਜੋ ਇਹਨਾਂ ਦਾ ਸੁਣਨ ਚ ਆਇਆ ਤੇ ਮੁੜ ਕੇ ਬੀਬੀ ਆਈ ਉਹ ਨਾਲ ਹੀ ਪੁਲਿਸ ਆ ਗਈ ਆ ਤੇ ਡੇਢ ਮਹੀਨੇ ਦੀ ਪਹਿਲਾਂ ਤੁਹਾਨੂੰ ਰਿਕਾਰਡਿੰਗ ਦੇ ਦਿੰਦੇ ਆ ਸੀਸੀਟੀਵੀ ਦੀ। 1:30 ਵਜੇ ਤੱਕ 2 ਘੰਟੇ ਪੀਸੀਆਰ ਵਾਲੇ ਮੁਲਾਜ਼ਮ ਆ ਕੇ 2 ਘੰਟੇ ਬਹਿੰਦੇ, ਕਹਿੰਦੇ ਜੀ ਕਮਰੇ ਖੋਲੋ, ਠੀਕ ਆ ਜੀ ਆ ਕੇ ਗੱਲ ਸੁਣੋ, ਫਿਰ ਬੈਠੇ ਰਹਿੰਦੇ ਆ ਆ ਕੇ। ਉਹਨੇ ਕਿਹਾ ਭਾਜੀ ਵੇਖੋ ਮੈਂ ਗਰੀਬ ਆਦਮੀ ਆ, ਮੈਂ 700-800 ਦਾ ਕਮਰਾ ਲਾਉਣਾ ਤੇ ਮੈਂ ਕਿੱਥੇ। 2 ਦਿਨ ਬਾਅਦ ਜਿਹੜਾ ਰੀਡਰ ਆ ਇੱਥੋਂ ਦਾ ਚੌਂਕੀ ਜੀ ਦਾ, ਜਿਹੜਾ ਰੀਡਰ ਆ ਇੱਥੋਂ ਦਾ ਜਿਹੜਾ ਚੌਂਕੀ ਇੰਚਾਰਜ ਦਾ ਰੀਡਰ ਆ, ਜਿਹਦੀ ਅੱਖ 'ਚ ਫਰਕ ਆ, ਉਹਨੇ ਬਕਾਇਦਾ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਭਾਜੀ ਤੁਸੀਂ ਧੱਕੇ ਨਾਲ ਕਿਉਂ ਮੁਰਗਾ ਮੰਗਦੇ ਜੇ ਕੋ, ਤੇ ਕਹਿੰਦਾ ਕਿ ਪੁਲਿਸ ਨਾ ਅੱਖਾਂ ਮੀਟ ਲੈਂਦੀ ਹੁੰਦੀ ਆ ਕਿਸੇ ਵੇਲੇ ਤੇ ਪੁਲਿਸ ਪਰ ਮਤਲਬ ਪੁਲਿਸ ਨਾ ਅੱਖਾਂ ਨਹੀਂ ਮੀਟ ਦਿੰਦੀ। ਮੈਂ ਕਿਹਾ ਭਾਜੀ ਜੇ ਇਹਦੇ 'ਤੇ ਜੂਆ ਬਹਿੰਦਾ ਜਾਂ ਇਹ ਸ਼ਰਾਬ ਵੇਚਦਾ ਜਾਂ ਇਹ ਧੰਦਾ ਕਰਦਾ ਫਿਰ ਤਾਂ ਇਹਦਾ ਦੋਸ਼ੀ ਆ, ਤੇ ਧੱਕੇ ਨਾਲ ਤੁਸੀਂ ਮੁਰਗਾ ਨਾ ਮੰਗੋ। ਇਹਨੇ ਇੰਨੀ ਗੱਲ ਕਹੀ ਪੁਲਿਸ ਮੁਲਾਜ਼ਮ ਨੇ, ਇਹਦਾ ਨੰਬਰ ਆ ਮੇਰੇ ਕੋਲ ਬਕਾਇਦਾ। ਫਿਰ ਮੈਂ ਇਹਦੀ ਵੀਡੀਓ ਖਿੱਚ ਕੇ ਸੀਸੀਟੀਵੀ ਦੀ ਇਹਨੂੰ ਭੇਜੀ ਕਿ ਤੁਹਾਡੀ 2 ਘੰਟੇ ਦੀ ਵੀਡੀਓ ਕੀ ਸਾਡੇ ਕੋਲ ਅੰਦਰ ਦੀ ਉਹਦੀ ਸ਼ਿਕਾਇਤ ਕੀਤੀ ਤੁਸੀਂ? ਨਹੀਂ ਕੀਤੀ, ਅਸੀਂ ਸਾਹਿਬ ਨੂੰ ਕਿਹਾ ਕੁਵਰ ਵੀ ਪ੍ਰਤਾਪ ਨੂੰ, ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਵੇਖੋ ਤੁਸੀਂ ਉੱਥੇ ਜਾਣਾ ਨਹੀਂ, ਜੇ ਕੋਈ ਗਲਤ ਕੰਮ ਹੋਏਗਾ ਤਾਂ ਮੈਨੂੰ ਦੱਸਿਓ। ਸਾਹਿਬ ਨੇ ਆਪ ਇਹਨੂੰ ਚੌਂਕੀ ਜਾਣ ਨੂੰ ਕਿਹਾ। ਅੱਜ ਇਹਨਾਂ ਨੇ ਨਵੀਂ ਪਲੈਨਿੰਗ ਕਰਕੇ ਜੋ ਤੁਹਾਨੂੰ ਵੀ ਤੁਸੀਂ ਮੀਡੀਆ ਦੇ ਅੱਜ ਕੱਲ੍ਹ ਲੋਕਤੰਤਰ ਆ ਸਾਡਾ ਵੱਡਾ, ਕੁੜੀਆਂ ਤੇ ਕੁੜੀ ਦੇ ਮੁੰਡਾ ਸੀ ਕਿਹੜੇ ਨੇ, ਕੌਣ ਨੇ, ਪਤਾ ਹੀ ਕੋਈ ਨਹੀਂ ਉਹਨੂੰ ਵਿਚਾਰੇ ਨੂੰ। ਆਈਡੀ ਤੁਸੀਂ ਲਈ ਸੀ? ਉਹਨੇ ਲਈ ਆਈਡੀ, ਆਈਡੀ ਹੈਗੀ ਨਾ, ਆਈਡੀ ਲਈ ਬਕਾਇਦਾ ਉਹਨੇ, ਰਜਿਸਟਰ ਵੇਖੋ ਇੱਥੇ ਆਈਡੀ ਲੱਗੀ ਬਕਾਇਦਾ, ਇਹ ਤੇ ਮਾਲਕ ਨੇ ਧੱਕਾ ਹੀ ਆ ਨਾ ਭਾਜੀ। ਹੋਰ ਕੀ ਕਰੀਏ,
ਸੱਚਾਈ ਬੇਨਤੀ ਕਰ, ਦੋ ਮਹੀਨੇ ਪਹਿਲਾਂ ਕੀ ਹੋਇਆ ਸੀ? ਡੇਢ ਮਹੀਨਾ ਪਹਿਲਾਂ, ਡੇਢ ਮਹੀਨੇ ਪਹਿਲਾਂ ਦੀ ਗੱਲ ਸੁਣੋ ਭਾਜੀ, ਸੀਸੀਟੀਵੀ ਵੀਡੀਓ ਹੋ ਗਿਆ ਸਾਡੇ ਕੋਲ ਬਕਾਇਦਾ, ਠੀਕ ਹੈ ਜੀ? ਸੀਸੀਟੀਵੀ ਨਾਲ ਕੁਵਰ ਵਿਜੇ ਪ੍ਰਤਾਪ ਨੇ ਆਪ ਫੋਨ ਕੀਤਾ ਸੀ ਇਹਨਾਂ ਨੂੰ, ਇੰਚਾਰਜ ਸਾਹਿਬ ਨੂੰ, ਕਿ ਦੇਖੋ ਜੇ ਇੱਥੇ ਗਲਤ ਕੰਮ ਹੋਊਗਾ ਤੇ ਤੁਸੀਂ ਪਹਿਲਾਂ ਸਾਨੂੰ ਦੱਸਣਾ ਤੇ ਫੇਰ ਇੱਥੇ ਆਣਾ, ਜੇ ਦੋਸ਼ੀ ਪਾਇਆ ਇੱਥੇ ਪਰਚਾ ਦਿਓ, ਤੇ ਜਿਹੜੇ ਨਹੀਂ ਜੇ ਇਹਦੇ ਨਾਲ ਨਜਾਇਜ਼ ਹੋਇਆ ਤੇ ਫਿਰ ਆਲਰੇਡੀ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਜੀ, ਬਿਲਕੁਲ। ਪਰ ਪ੍ਰਸ਼ਾਸਨ ਦਾ ਹੱਕ, ਮੈਂ ਕਿਹਾ ਭਾਜੀ ਓਨਰ ਦਾ ਕੀ ਕਸੂਰ ਆ? ਓਨਰ ਨੇ ਆਈਡੀ ਦਿੱਤੀ ਦੀ ਆ, ਆਈਡੀ ਲੈ ਇਹਨਾਂ ਨੂੰ ਬੰਦਾ ਆ ਨਾ, ਚਲ ਜਾ 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 ਕੋਈ ਗੱਲ ਨਹੀਂ ਭਾਜੀ, ਲੈ ਚਲੋ ਚਲੋ, ਓਨਰ ਨੇ ਜੀ ਆਈਡੀ ਲਈ ਆ ਨਾ, ਓਨਰ ਨੇ ਆਈਡੀ ਸਟੇਟਮੈਂਟ ਕਰੀ ਨਾ ਨਾ, ਚਲ 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 ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇੱਥੇ ਦੇਵ ਭਾਰ ਦਾ ਧੰਦਾ ਚੱਲ ਰਿਹਾ, ਜੇ ਆਪਾਂ ਰੇਡ ਕੀਤਾ ਤਾਂ ਮੌਕੇ ਤੋਂ ਕੁੜੀ ਦਲਾਲ ਅਤੇ ਮੈਨੇਜਰ ਨੂੰ ਅਰੈਸਟ ਕੀਤਾ ਜੀ, ਮੌਕੇ ਇਸ ਟਾਈਮ 'ਤੇ ਤਿੰਨ ਨੇ ਜੀ, ਅੱਗੇ ਪ੍ਰੋਸੀਡ ਕਰਦੇ ਹਾਂ ਜੀ, ਅੱਗੇ ਆਸ ਹੈਗੀ ਸਾਨੂੰ, ਪਤਾ ਕਰਨਾ ਪਊਗਾ ਜੀ, ਅਜੇ ਪ੍ਰੀਲਿਮੀਨਰੀ ਸਟੇਜ 'ਤੇ ਜੀ, ਚੈੱਕ ਕਰਨਾ ਪਊਗਾ ਜੀ, ਜੋ ਇਨਵੈਸਟੀਗੇਸ਼ਨ ਸਾਹਮਣੇ ਤਾਂ ਤੁਹਾਨੂੰ ਦੱਸਾਂਗਾ। ਇਸ ਟਾਈਮ ਤਿੰਨ ਜਾਣੇ, ਇੱਕ ਮੈਨੇਜਰ, ਇੱਕ ਦਲਾਲ, ਇੱਕ ਜਿਹੜੇ ਵਿਕਟਿਮ ਹੋਏ, ਇੱਕ ਚੱਕਰ ਚੱਲ ਜਾਂਦਾ।